Mr. C Productions presents. Se sadma. Se sadma. De balihar jama. Aunde jag te naam japon sadhu. ਅੱਠ ਸੱਠ ਤੀਰਥਾਂ ਦੀ ਸ਼ਕਤੀ ਕਰਨ ਪੈਦਾ ਅੱਠ ਸੱਠ ਤੀਰਥਾਂ ਦੀ ਸ਼ਕਤੀ ਕਰਨ ਪੈਦਾ ਜਿੱਥੇ ਬੈਠ ਕੇ ਨਾਮ ਧਿਆਉਣ ਸਾਧੂ ਹੋ ਰੱਬ ਮੋੜਦਾ ਨੀ ਕੀਤੀ ਸਾਧੂਆਂ ਦੀ ਰੱਬ ਮੋੜਦਾ ਨਾ ਕੀਤੀ ਸਾਧੂਆਂ ਦੀ ਚਿੱਤ ਚਾਹੇ ਤਾਂ ਜੁਗ ਬਦਲਾਉਣ ਸਾਧੂ ਜੋਰੇ ਸਿੰਘਾ ਰੱਬ ਸਾਧੂਆਂ ਮਗਰ ਫਿਰਦਾ ਜੀਦਾ ਬੈਠ ਕੇ ਨਾਮ ਧਿਆਉਣ ਸਾਧੂ ਜੀਦਾ ਬੈਠ ਕੇ ਨਾਮ ਧਿਆਉਣ ਸਾਧੂ ਜਿਸ ਵੇਲੇ ਤੁਹਾਡੇ ਹੁਣ ਮਿਲੇ ਤੇਰਾ ਗੁਰੂ ਜੀ ਵਸਲ ਦੀਦਾਰ ਮੰਗਾ ਨਾ ਮੈਂ ਮਾਣ ਚਾਹੁੰਦਾ ਨਾ ਸ਼ਾਨ ਚਾਹੁੰਦਾ ਨਾ ਸੁਰਗ ਤੇ ਮੋਖ ਦੁਆਰ ਮੰਗਾ ਤੁਹਾਡੇ ਚਰਨਾ ਤੁਹਾਡੇ ਚਰਨਾਂ ਦਾ ਰਵੇ ਸਤਿਕਾਰ ਮੈਨੂੰ ਇੱਥੋਂ ਹੋਰ ਨਾ ਕੁਝ ਦਤਾਰ ਮੰਗਾ ਖੁਸ਼ ਹੋ ਕੇ ਜੇ ਮਿਲੇ ਦਰਬਾਰ ਸਿੰਘਾ ਤੇਰੇ ਚਰਨ ਕਮਲਾਂ ਦਾ ਪਿਆਰ ਮੰਗਾ ਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗੇ ਜੀ ਬਹੁਤ ਆਦ ਸਤਿਕਾਰਯੋਗ ਇਹ ਭੂਮੀ ਜਿੱਥੇ ਬਾਬਾ ਨੰਦ ਸਿੰਘ ਜੀ ਨੇ ਕੱਖਾਂ ਕਾਨਿਆਂ ਦੀ ਕੁੱਲੀ ਬਣਾ ਕੇ ਨਾਮ ਦੇ ਰੰਗਣ 'ਚ ਧਰਤੀ ਰੰਗੀ ਬਾਬਾ ਈਸ਼ਰ ਸਿੰਘ ਜੀ ਨੇ ਅਪਾਰ ਕਿਰਪਾ ਕੀਤੀ ਬਾਬਾ ਸਾਧੂ ਸਿੰਘ ਜੀ ਨੇ 74 ਸਾਲ 1935 ਤੋਂ ਲਾ ਕੇ ਸਾਧ ਸੰਗਤ ਜੀ 74 ਸਾਲ ਜੋ ਮਹਾਨ ਸੇਵਾ ਕੀਤੀ ਉਹਨਾਂ ਮਹਾਨ ਪਰਉਪਕਾਰੀ ਸੰਤ ਮਹਾਂਪੁਰਸ਼ਾਂ ਦੀ ਯਾਦ 'ਚ ਜੁੜੀ ਹੋਈ ਸਮੂਹ ਗੁਰਸੰਗਤ ਰੋਡਿਆਂ ਵਾਲੇ ਸੇਵਕ ਜਥੇ 'ਤੇ ਕਿਰਪਾ ਕਰੋ ਦੋ ਹੱਥ ਜੁੜ ਕੇ ਸਾਰੀ ਗੁਰਸੰਗਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਉਹ ਧਰਤੀ ਉਹ ਘੜੀ ਧੰਨ ਹੋਵੇਗੀ ਜਦ 1935 ਨੂੰ ਬਾਬਾ ਸਾਧੂ ਸਿੰਘ ਜੀ ਉਹ ਟੋਬਾ ਟੇਕ ਸਿੰਘ ਤਹਿਸੀਲ ਜੋ ਪਾਕਿਸਤਾਨ 'ਚ ਆ ਗਈ ਬਾਬਾ ਨੰਦ ਸਿੰਘ ਜੀ ਦੀ ਪਾਵਨ ਨਜ਼ਰ ਉਹਨਾਂ 'ਤੇ ਪਈ ਅੱਜ ਦਾ ਇਹ ਜੋ ਪ੍ਰੋਗਰਾਮ ਹੈ ਆ ਦੇਸ਼ ਵਿਦੇਸ਼ ਦੇ ਵਿੱਚ ਸਾਧ ਸੰਗਤ ਜੀ ਆ ਤੁਸੀਂ ਚੈਨਲ ਤੋਂ ਜੋ ਪ੍ਰਚਾਰ ਸੁਣਦੇ ਹੈ ਪ੍ਰਚਾਰ ਬਾਬਾ ਲੱਖਾ ਸਿੰਘ ਜੀ ਨੇ ਔਰ ਬਹੁਤ ਸਤਿਕਾਰਯੋਗ ਮੁੱਖ ਸੰਪਾਦਕ ਪ੍ਰਿੰਸੀਪਲ ਕੁਲਦੀਪ ਸਿੰਘ ਜੀ ਔਰ ਸੰਪਾਦਕ ਡਾਕਟਰ ਪ੍ਰਿਤਪਾਲ ਕੌਰ ਧਰਮਕੋਟ ਮੁੱਖ ਸਲਾਹਕਾਰ ਭਾਈ ਧਰਮਿੰਦਰ ਸਿੰਘ ਜੀ ਨਾਨਕਸਰ ਕਲੇਰਾ ਨਾਨਕਸਰ ਪੱਤਰਿਕਾ ਜੋ ਵੀ ਤੁਸੀਂ ਸੁਣਦੇ ਹੈ ਜਿਵੇਂ ਭਰੂਣ ਹੱਤਿਆ ਹੋ ਰਹੀ ਹੈ ਸਾਡੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਨੁਕਸਾਨ ਸਾਡਾ ਨਸ਼ਿਆਂ ਨੇ ਬਹੁਤ ਕੀਤਾ ਹੈ ਉਹ ਬਾਣੀਆਂ ਦੇ ਹੋ ਗਈ ਚੋਰੀ ਮੇਰੇ ਅੱਗੇ ਪਤਾ ਲੈਣ ਜਾਣ ਕਹਿੰਦੇ ਸੇਠ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਬਾਣੀਆਂ ਸਿਆਣਾ ਸੀ ਬਾਣੀਆਂ ਕਹਿੰਦਾ ਚੱਲ ਜਿਹੜਾ ਚੋਰਾਂ ਦਾ ਚੋਰ ਲੈ ਗਏ ਮੇਰੇ ਵਾਲੇ ਹੋਰ ਬਾਗੇ ਦਾ ਸੇਠ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਬਾਣੀਆਂ ਦਾ ਰਿਉੜੀਆਂ ਵਾਲਾ ਪੀਪਾ ਨੰਗਾ ਪਿਆ ਸੀ ਜਿਹੜਾ ਜਾਵੇ ਮੇਰੇ ਅੱਗੇ ਬੁੱਕ ਭਰ ਲਏ ਨਾਲੇ ਰਿਉੜੀਆਂ ਖਾਣ ਲੱਗ ਪਏ ਨਾਲੇ ਬਾਣੀਆਂ ਨੂੰ ਕਹਿੰਦੇ ਕਿੰਨਾ ਕੁ ਨੁਕਸਾਨ ਹੋ ਗਿਆ ਬਾਣੀਆਂ ਕਹਿੰਦਾ ਹੁਣ ਕਿਹੜਾ ਹਟ ਗਿਆ ਕਹਿੰਦੇ ਨੁਕਸਾਨ ਤਾਂ ਹੋਈ ਹੋ ਜਾਂਦਾ ਨੁਕਸਾਨ ਸਾਡੇ ਦੇਸ਼ ਦਾ ਬਹੁਤ ਹੋਇਆ ਮਾਸਟਰ ਸੀ ਮੁੰਡਿਆਂ ਨੂੰ ਸਵਾਲ ਲਿਖਾਈ ਜਾਵੇ ਕਹਿੰਦਾ ਲਿਖੋ ਮੁੰਡਿਓ 20 ਲੱਖ 33 ਲੱਖ ਮੁੰਡੇ ਕਹਿੰਦੇ 50 ਲੱਖ
ਉਹ ਕਹਿੰਦਾ ਲਿਖੋ 50 ਲੱਖ ਤੇ 32 ਲੱਖ, ਮੁੰਡੇ ਕਹਿੰਦੇ 82 ਲੱਖ। ਵੱਡੀਆਂ ਵੱਡੀਆਂ ਰਕਮਾਂ ਮਾਸਟਰ ਲਿਖਾਈ ਜਾਂਦਾ ਹੈ। ਕੋਈ ਚੋਰ ਲੰਘਿਆ ਸਕੂਲ ਦੇ ਬੂਹੇ ਦੇ ਕੋਲ ਦੀ, ਚੋਰ ਨੇ ਸੋਚਿਆ ਵੀ ਪੈਸੇ ਸਕੂਲ 'ਚ ਬਹੁਤ ਪਏ ਨੇ, ਮਾਸਟਰ ਤਾਂ ਰਕਮਾਂ ਲਿਖਾਉਂਦਾ ਸੀ। ਚੋਰ ਨੇ ਰਾਤ ਨੂੰ ਸਕੂਲ ਦਾ ਬੂਹਾ ਤੋੜ ਲਿਆ। ਹੁਣ ਜਿਹੜਾ ਕਮਰਾ ਚੋਰ ਖੋਲ੍ਹੇ, ਕੁਰਸੀ ਮੱਥੇ 'ਚ ਵੱਜੇ ਆ ਕੇ, ਚੋਰ ਕਹਿੰਦਾ 32 ਲੱਖ ਕਿੱਥੇ ਹੋਏ, ਸਾਰੀ ਰਾਤ ਪਾਲਦੇ ਰਿਹਾ, ਉੱਥੋਂ ਕੀ ਮਿਲਣਾ ਸੀ। ਤੜਕੇ ਟੀਚਰ ਨੇ ਫਿਰ ਸਕੂਲ ਲਾ ਲਿਆ, ਉਹ ਫਿਰ ਹਿਸਾਬ ਪੜਾਉਣ ਦਾ ਪਿਆ। ਕਹਿੰਦਾ ਲਿਖੋ ਮੁੰਡਿਓ 40 ਲੱਖ ਅਤੇ 50 ਲੱਖ, ਮੁੰਡੇ ਕਹਿੰਦੇ 90 ਲੱਖ। ਉਹੀ ਚੋਰ ਫਿਰ ਲੰਘਿਆ ਸਕੂਲ ਦੇ ਬੂਹੇ ਦੇ ਕੋਲ ਦੀ, ਬੂਹੇ 'ਚ ਖੜ ਕੇ ਕਹਿੰਦਾ ਮੁੰਡਿਓ ਲਿਖਿਓ ਨਾ, ਇਹਦੇ ਕੋਲ ਦਵਾਨੀ ਨਹੀਂ। ਕਹਿੰਦਾ ਮੈਂ ਸਾਰੀ ਰਾਤ ਦਾ ਇੱਥੇ ਗਿਆ। ਉਹਦੀ ਨੇਚਰ ਹੀ ਚੋਰੀ ਕਰਨਾ ਸੀ। ਕਿਰਤ ਕਣ ਦੀ ਨੇਚਰ, ਸਾਖਤ ਦੀ ਨੇਚਰ ਕੀ ਹੈ ਸਾਧ ਸੰਗਤ ਜੀ? ਦੁਨੀਆਂ 'ਤੇ ਕੂੜ ਫੈਲਾਉਣਾ ਮਹਾਂਪੁਰਸ਼ਾਂ ਦੀ ਕੀ ਨੇਚਰ ਹੈ? ਸ਼ਾਸਤਰ ਦਾ ਕਥਨ ਹੈ, ਤਰਵਰ ਸਰਵਰ ਸੰਤ ਜਨ ਚੌਥਾ ਬਰਸੇ ਮੇਂ, ਪਰਮਾਰਥ ਕੇ ਕਾਰਨੇ ਚਾਰੋ ਤਾਰੇ ਦੇ। ਤਰਵਰ ਮਾਨੇ ਬ੍ਰਿਕਸ਼, ਬ੍ਰਿਕਸ਼ ਦੀ ਅਤੇ ਇਹਨਾਂ ਸੰਤਾਂ ਦੀ ਮੰਜ਼ਿਲ ਇੱਕ ਹੈ। ਜਿਹਨੇ ਮਹਾਂਪੁਰਸ਼ ਬੈਠੇ ਹੈ, ਬਾਬਾ ਗੁਰਦੇਵ ਸਿੰਘ ਜੀ ਬੈਠੇ ਹੈ, ਬਾਬਾ ਲੱਖਾ ਸਿੰਘ ਜੀ ਬੈਠੇ, ਬਹੁਤ ਸਤਿਕਾਰਯੋਗ ਮਹਾਂਪੁਰਸ਼ ਬੈਠੇ ਹੈ। ਸੰਤ ਦੀ ਅਤੇ ਦਰੱਖਤ ਦੀ ਮੰਜ਼ਿਲ ਇੱਕ ਹੈ। ਕਿਵੇਂ? ਦਰੱਖਤ ਦੇ ਆਪਦੇ ਪੱਤੇ ਧੁੱਪੇ ਹੈ, ਬੈਠਣ ਵਾਲੇ ਨੂੰ ਛਾਂ ਦੇ ਰਹੇ। ਜੇ ਦਰੱਖਤ ਨੂੰ ਫਲ ਲੱਗਦਾ ਆਪ ਨਹੀਂ ਖਾਂਦਾ, ਲੋਕਾਂ ਨੂੰ ਦਿੰਦਾ। ਲਓ ਗੁਰਮੁਖੋ, ਮੈਂ 2 ਕਵਿਤਾ ਬਾਬਾ ਸਾਧੂ ਸਿੰਘ ਜੀ ਦੇ ਪਾਵਨ ਜੀਵਨ 'ਚੋਂ ਪੇਸ਼ ਕਰਨੀਆਂ। ਪਹਿਲੀ ਕਵਿਤਾ ਸੁਣਿਓ ਵੀ 1935 ਨੂੰ ਬਾਬਾ ਸਾਧੂ ਸਿੰਘ ਜੀ ਉਹਨਾਂ ਨਜ਼ਰਾਂ 'ਚ ਆਏ, ਜੋ ਅਵਤਾਰੀ ਨਜ਼ਰਾਂ ਸਨ ਬਾਬਾ ਨੰਦ ਸਿੰਘ ਜੀ ਦੇ ਪਾਵਨ ਚਰਨਾਂ 'ਚ। ਉਹ ਟੋਭਾ ਟੇਕ ਸਿੰਘ, ਉਹ ਚੱਕ ਸਾਧ ਸਿੰਘ ਜੀ, ਉਹ ਘੜੀ ਸੁਭਾਗੀ ਹੋਵੇਗੀ। ਆਹ ਸੁਣੋ ਵੀ ਸਤਿਗੁਰ ਮਿਲਦਾ ਹੀ ਨਹੀਂ ਪਿਆਰ ਤੋਂ ਬਿਨਾਂ, ਪਿਆਰ ਤੋਂ ਬਿਨਾਂ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ। ਬਾਬਾ ਨੰਦ ਸਿੰਘ ਜੀ ਨੇ ਕੀ ਸੰਦੇਸ਼ ਬਾਬਾ ਸਾਧੂ ਸਿੰਘ ਨੂੰ ਬਖਸ਼ਿਆ ਰੋਡੇ ਵਾਲੇ ਜਥੇ ਤੋਂ? ਜੇ ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾਂ, ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾਂ, ਜੇ ਸਤਿਗੁਰ ਮਿਲਦਾ ਨਾ ਐਸਾ ਸਤਿਗੁਰ ਪਾਲ ਜਿੰਦੜੀਏ, ਜੇ ਭਵ ਸਾਗਰ ਤਰਨਾ, ਕੱਟੀ ਜਾਓ 84 ਤੇਰੀ ਫੇਰ ਜਮਾਂਦਾ ਡਰਨਾ। ਕਾਫਰ ਹੋ ਕੇ ਜਨਮ ਗਵਾਉਂਦਾ, ਤੁਰਦਾ ਨਿਤ ਬਚਾਹਰ ਬਿਨਾ, ਇਹ ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾ, ਸਤਿਗੁਰ ਮਿਲਦਾ ਨਾ। ਨਾਮ ਜਪਣ ਕੋ ਜੀਵਾ ਬਖਸ਼ੀ, ਗੁਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਤੇਰਾ, ਹੱਥ ਨਾ ਆਉਣਾ ਲੱਖੀ। ਹੀਰੇ ਨਾਲ ਲਟਾਈ ਜਾਣੇ, ਤੁਰਦਾ ਨਹੀਂ ਹੰਕਾ ਹਰ ਬਿਨਾ, ਜੇ ਸਤਿਗੁਰੂ ਮਿਲਦਾ ਨਾ ਪਿਆਰ ਤੋਂ ਬਿਨਾ, ਮੁਰਸ਼ਦ ਮਿਲਦਾ ਨਾ। ਤੂੰ ਪ੍ਰਹਲਾਦ ਨਾਮ ਦੇ ਬਜੇ ਕਈ ਨਾਮ ਨੇ ਤਾਰੇ, ਤੂੰ ਪ੍ਰਹਲਾਦ ਨਾਮ ਦੇ ਬਜੇ ਕਈ ਨਾਮ ਨੇ ਤੋਰ, ਤਿਆਗੀ ਸੀ ਸੁਖਦੇਵ ਸੁਆਮੀ, ਖੜਿਆ ਜਨਕ ਦੁਆਰੇ। ਝੂਠਣ ਝੂਠ ਪਿਓ ਸਿਰ ਉੱਪਰ, ਤੁਰਿਆ ਨਾ ਸਤਿਕਾਰ ਬਿਨਾ, ਇਹ ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾ, ਮੁਰਸ਼ਦ ਮਿਲਦਾ ਨਾ। ਸਯਦ ਬੁੱਲੇ ਸ਼ਾਹ ਤੋਂ ਪੁੱਛੋ, ਢੂੰਡ ਲਿਆ ਜੱਗ ਸਾਰਾ, ਢੂੰਡ ਲਿਆ ਜੱਗ ਸਾਰਾ, ਮੱਕੇ ਕਾਸ਼ੀ ਵਿੱਚ ਮਸੀਤਾਂ, ਮਿਲਿਆ ਨਹੀਂ ਪਿਆਰਾ, ਮਿਲਿਆ ਨਹੀਂ ਪਿਆਰਾ। ਹੋ ਜਦ ਮੁਰਸ਼ਦ ਨੇ ਕਰੀ ਤਸੱਲੀ, ਰਹਿ ਨਾ ਸਕੇ ਦੀਦਾਰ ਬਿਨਾ, ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾ, ਸਤਿਗੁਰ ਮਿਲਦਾ ਨਾ। ਬੇਰਾ ਬਾਈ ਹੋਈ ਬਰਾਗਣ, ਨਾ ਕੋਈ ਮਿਲੇ ਸਹਾਰਾ, ਮੇਰਾ ਬਾਈ ਹੋਈ ਬਰਾਗਣ, ਨਾ ਕੋਈ ਮਿਲੇ ਸਹਾਰਾ। ਡੂੰਘੇ ਸਰ ਵਿੱਚ ਗੋਤੇ ਖਾਵੇ, ਜਿਸ ਦਾ ਧੂਰ ਕਿਨਾਰਾ, ਡੂੰਘੇ ਸਰ ਵਿੱਚ ਗੋਤੇ ਖਾਵੇ, ਜਿਸ ਦਾ ਧੂਰ ਕਿਨਾਰਾ। ਨਾਮ ਪਿਆਲਾ ਪੀ ਕੇ ਨਗਮਾ, ਗਾਇਆ ਨਹੀਂ ਸਿਤਾਰ ਬਿਨਾ, ਇਹ ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾ,
ਮੁਰਸ਼ਦ ਮਿਲਦਾ ਨਾ ਛੱਡ ਫਾਨੀ ਦੁਨੀਆ ਨੂੰ ਤੁਰਨਾ ਕੱਟ ਕੇ ਰਹਿਣ ਬਸੇਰਾ ਜੂਸੋ ਵਰਗੇ ਤੁਰ ਕੇ ਇੱਥੋਂ ਨਾ ਮੁੜ ਪਾਇਆ ਫੇਰਾ ਨਾ ਮੁੜ ਪਾਇਆ ਫੇਰਾ ਹੋ ਤਖਤ ਜਿਨ੍ਹਾਂ ਦਾ ਪਰੀਆਂ ਚੁੱਕਣ ਪੱਠ ਚੋਕ ਦੇ ਯਾਰ ਬਿਨਾ ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾ ਸਤਿਗੁਰ ਮਿਲਦਾ ਨਾ ਪੀਰਾਂਪੁਰ ਲੋਭੋ ਵਿੱਚ ਵੱਸਦਾ ਪੀਰ ਪੰਡਤਾ ਤੇਰਾ ਵਕਤ ਗਵਾਚਾ ਹੱਥ ਨਹੀਂ ਆਉਣਾ ਲਾ ਗੁਰ ਚਰਨੀ ਡੇਰਾ ਵਕਤ ਗਵਾਚਾ ਹੱਥ ਨਹੀਂ ਆਉਣਾ ਲਾ ਗੁਰ ਚਰਨੀ ਡੇਰਾ ਬੱਲੂ ਤੇ ਅਮਰਜੀਤ ਸੁਣਾਉਂਦੇ ਕੀ ਗਾਉਣਾ ਸੁਰ ਤਾਰ ਬਿਨਾ ਸਤਿਗੁਰ ਮਿਲਦਾ ਨਾ ਪਿਆਰ ਤੋਂ ਬਿਨਾ ਸਤਿਗੁਰ ਮਿਲਦਾ ਨਾ ਸਿਆਣੇ ਕਹਿੰਦੇ ਆ ਭਜਨ ਕਰਨਾ ਇਕੱਲੇ ਦਾ ਵਿਦਿਆ ਪੜ੍ਹਨੀ ਦੋਵਾਂ ਦੀ ਗਾਉਣਾ ਤਿੰਨਾਂ ਦਾ ਰਾਹ ਤੁਰਨਾ ਚਾਹੁੰਦਾ ਵਾਹੀ ਦਾ ਕੰਮ ਪੰਜਾਂ ਦਾ ਦਰਦ ਨੂੰ ਜਿੰਨੇ ਹੋਣ ਓਨੇ ਹੀ ਥੋੜ੍ਹੇ ਧਿਆਨ ਦੇ ਕੇ ਗਾਉਣ ਸੁਣੋ ਇਹ ਕਵਿਤਾ ਤੁਹਾਡੇ ਚਰਨੀ ਪੇਸ਼ ਕਰਾਂ ਵੀ ਕੱਖਾਂ ਕਾਨਿਆਂ ਦੀ ਕੁੱਲੀ ਬਣਾ ਕੇ ਬਾਬਾ ਨਾਨਕ ਸਿੰਘ ਜੀ ਨੇ ਇੱਥੇ ਭਜਨ ਕਰਨਾ ਸ਼ੁਰੂ ਕੀਤਾ ਸੁਣਿਓ ਗਾਲਬ ਤੇ ਕਲੇਰਾਂ ਦੇ ਲੋਕ ਇਕੱਠੇ ਹੋ ਕੇ ਆ ਗਏ ਬਾਬਾ ਜੀ ਤੁਹਾਨੂੰ ਪੱਕੀ ਕੁਟੀਆ ਪਾ ਦਈਏ ਜਾਣ ਲੱਗੇ ਤਾਲਾ ਲਾ ਜਾ ਕਰੋ ਤੇ ਬਾਬਾ ਨਾਨਕ ਸਿੰਘ ਦੇ ਬਚਨ ਸਨ ਉਹ ਕਹਿੰਦੇ ਗੁਰਮੁਖੋ ਹੁਣ ਤਾਂ ਡੇਰੇ ਕੱਚੇ ਆ ਸਾਧ ਪੱਕੇ ਹੈ ਇਹੋ ਜਿਹਾ ਸਮਾਂ ਆਊਗਾ ਡੇਰੇ ਪੱਕੇ ਹੋਣਗੇ ਸਾਧ ਕੱਚੇ ਹੋਣਗੇ ਬਾਬਾ ਜੀ ਦੇ ਬਚਨ ਇਹੋ ਜਿਹਾ ਸਮਾਂ ਆਵੇਗਾ ਸਾਧ ਸੰਗਤ ਜੀ ਜਿਨ੍ਹਾਂ ਨੇ ਹਰ ਕਾ ਸੇਵਕ ਹਰ ਹੀ ਜਿਹਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਰੱਬ ਰਹਿੰਦਾ ਕਿੱਥੇ ਹੈ ਰੱਬ ਦਾ ਟਿਕਾਣਾ ਰੱਬ ਦਾ ਕੋਠਾ ਦੱਸਿਆ ਗੁਰੂ ਗ੍ਰੰਥ ਸਾਹਿਬ ਨੇ ਕਿੱਥੇ ਉਹ ਕਹਿੰਦੇ ਪ੍ਰਭ ਜੀ ਵਸਾ ਸਾਧ ਕੀ ਰਸ਼ਨਾ ਸੰਤਾਂ ਨੇ ਰਸ਼ਨਾ ਤੋਂ ਕਹਿਤਾ ਤੇਰੇ ਪੁੱਤਰ ਹੋਊ ਰੱਬ ਨੂੰ ਦੇਣਾ ਪੈਣਾ ਸੰਤਾਂ ਨੇ ਕਹਿਤਾ ਸਾਧ ਸੰਗਤ ਜੀ ਤੂੰ ਮੁਕਤ ਹੋ ਗਿਆ ਉਹਨੂੰ ਮੁਕਤ ਕਰਨਾ ਹੈ ਅਸੀਂ ਗੋਪਾਲ ਮੋਚਨ ਕਵੀਸ਼ਰੀ ਗਾਈ ਜਾਈਏ ਇੱਕ ਮਾਈ ਆ ਗਈ ਕਹਿੰਦੀ ਬਾਬਾ ਮੇਰੇ ਪੋਤਾ ਹੀ ਨਹੀਂ ਮੇਰੀ ਅਰਦਾਸ ਕਰਦੇ ਮੇਰੇ ਪੋਤਾ ਹੋ ਜੇ ਮੈਂ ਗਾਉਂਦੇ ਗਾਉਂਦੇ ਨੇ ਕਹਿਤਾ ਮੈਂ ਆਖਿਆ ਸਾਧ ਸੰਗਤ ਜੀ ਵੀ ਆ ਮਾਈ ਦੇ ਪੋਤਾ ਹੀ ਨਹੀਂ ਪੋਤਾ ਹੋ ਜੇ ਉਹ ਆਉਂਦੇ ਗੋਪਾਲ ਮੋਚਨ ਨੂੰ ਪੋਤਾ ਹੋ ਗਿਆ ਬੁੜੀ 10 ਰੁਪਈਏ ਲੈ ਕੇ ਹੋਰ ਆ ਗਈ ਕਹਿੰਦੀ ਚੱਕ ਬਾਬਾ 10 ਰੁਪਈਏ ਅਰਦਾਸ ਹੋਰ ਕਰਦੇ ਮੈਂ ਕਿਹਾ ਮਾਈ ਅਰਦਾਸ ਕਰਦੀ ਕਹਿੰਦੀ ਇੱਕ ਪੋਤਾ ਹੋਰ ਹੋ ਜੇ ਮੈਂ ਕਿਹਾ ਇਹ ਸੱਚੇ ਪਾਤਸ਼ਾਹ ਮਾਈ ਦੇ ਇੱਕ ਪੋਤਾ ਹੋਰ ਹੋ ਜੇ ਖੜੀ ਖੜੀ ਕਹਿੰਦੀ ਬਿਨਾਂ ਦਸਾਂ ਤੋਂ ਕਹਿੰਦੀ ਇੱਕ ਹੋਰ ਚੱਲਣ ਦੇ ਮੈਂ ਕਿਹਾ ਉਹ ਅਰਦਾਸ ਕਾਹਦੀ ਕਹਿੰਦੀ ਇੱਕ ਦੋਤਾ ਵੀ ਹੋ ਜੇ ਮੈਂ ਕਿਹਾ ਮਾਈ 10 ਰੁਪਈਏ ਤਾਂ ਰਬੜ ਦਾ ਕਾਕਾ ਵੀ ਨਹੀਂ ਆਉਂਦਾ ਆਪਾਂ ਰੱਬ ਤੋਂ ਮੰਗਦੇ ਬਹੁਤ ਕੁਛ ਹੈ ਇਹ ਉਹ ਧਰਤੀ ਹੈ ਲਓ ਆ ਸੁਣੋ ਬਈ ਜਗਤ ਜਲੰਦਾ ਤਾਰ ਗਏ ਸਾਧੂ ਸਿੰਘ ਬਾਬੇ ਮੈਨੇ 10 ਕਵਿਤਾ ਮਹਾਂਪੁਰਸ਼ਾਂ ਦੇ ਜੀਵਨ 'ਚੋਂ ਲਿਖੀਆਂ ਹੈ ਆ ਸੁਣੋ ਵੀ ਅੱਜ 74 ਸਾਲ ਜੋ ਸੇਵਾ ਬਾਬਾ ਸਾਧੂ ਸਿੰਘ ਜੀ ਨੇ ਕੀਤੀ ਅਤੇ ਆਹ ਜੋ ਚੈਨਲ ਦੀ ਸੇਵਾ ਬਾਬਾ ਲੱਖਾ ਸਿੰਘ ਜੀ ਨੇ ਬਾਬਾ ਗੁਰਦੇਵ ਸਿੰਘ ਜੀ ਨੇ ਸਮੂਹ ਸਾਧ ਸੰਗਤ ਨੇ ਰਲ ਕੇ ਸਾਧ ਸਿੰਘ ਜੀ ਘਰ ਘਰ ਪਹੁੰਚਾਉਣ ਦਾ ਯਤਨ ਕੀਤਾ ਹੈ ਅਸੀਂ ਆ ਵਿਸਾਖੀ ਅਤੇ ਰਾਏਪੁਰ ਗਾਉਣ ਗਏ ਸੀ ਛੱਤੀਸਗੜ੍ਹ ਦੀ ਰਾਜਧਾਨੀ ਹੈ ਨਾਗਪੁਰ ਤੋਂ ਅੱਗੇ ਅਤੇ ਨੇਮਦਾਲੋ ਉੱਥੇ ਕੌਂਕੇ ਛੋਟੇ ਕੌਂਕਿਆਂ ਦੇ ਸਰਬਜਿੱਤਰ ਸਿੰਘ ਜੀ ਹੋਣੀ ਸਨ ਉਹ ਕਹਿੰਦੇ ਜੀ ਸਾਨੂੰ ਤਾਂ ਭਾਗ ਸਾਡੇ ਬੱਚੇ ਹੋਏ ਹੈ ਤਾਂ ਨਾਨਕ ਸਰ ਤੋਂ ਹੋਏ ਅਪਾਰ ਕਿਰਪਾ ਆਹ ਘੜੀ ਆਪਣੀ ਸੁਲੱਖਣੀ ਹੈ ਜੋ ਬਾਬਾ ਸਾਧੂ ਸਿੰਘ ਜੀ ਨੇ ਬਾਬਾ ਲੱਖਾ ਸਿੰਘ ਜੀ ਨੂੰ ਥਾਪੜਾ ਦੇ ਕੇ ਆ ਜੋ ਚੈਨਲ ਦੀ ਬਖਸ਼ ਕੀਤੀ ਹੈ ਘਰ ਘਰ ਬਾਬਾ ਨਾਨਕ ਸਿੰਘ ਦਾ ਸੰਦੇਸ਼ ਪਹੁੰਚਾਉਣਾ ਮੈਂ ਧੰਨਵਾਦ ਕਰਦਾ ਆ ਸੁਣੋ ਰੋਡਿਆਂ ਵਾਲੇ ਜਿੱਥੋਂ ਮੇਰੇ ਸਾਥੀ ਸਰਦਾਰ ਬਲਦੇਵ ਸਿੰਘ ਬਾਸੀ ਅਰਕ ਪਿੰਡ ਹੈ ਸਰਦਾਰ ਅਮਰਜੀਤ ਸਿੰਘ ਕੱਕੜਵਾਲ ਪਿੰਡ ਹੈ ਇਹਨਾਂ ਦੀਆਂ ਆਵਾਜ਼ਾਂ ਨੇ ਮੈਨੂੰ 3 ਵਾਰ ਪੰਜਾਬ 'ਚੋਂ ਪਹਿਲਾ ਇਨਾਮ 5 ਤੋਲੇ ਸਿਆਉਣਾ ਅਤੇ 51,000 ਰੁਪਈਆ ਇਹਨਾਂ ਦੀਆਂ ਆਵਾਜ਼ਾਂ ਨੇ ਦਾਇਆ ਇਹਨਾਂ ਦੀਆਂ ਆਵਾਜ਼ਾਂ ਸੁਣੋ ਵੀ ਜਗਤ ਜਲੰਦਾ ਤਾਰ ਗਏ ਸਾਧੂ ਸਿੰਘ ਬਾਬੇ ਰੋਡੇ ਵਾਲੇ ਜਥੇ ਤੋਂ ਹੋ ਦਾ ਪਿੰਜਰਾ ਫੂਕ ਦੋ ਅੱਗ ਲਾ ਕੇ ਜਿਹਦੇ ਹਿਰਦੇ ਵਿੱਚ ਨਾਮ ਦੀ ਕਣੀ ਹੈ ਨਾ ਬੀਨ ਬੱਜਿਆ ਨਾਗ ਨਾ ਮਸਤ ਹੋਵੇ ਉਸ ਨਾਗ ਦੇ ਪਦਮ ਦੀ ਫਣੀ ਹੈ ਨਾ ਓਹ ਸੂਰਮਾ
कदे नी फतेह पौंदा ओह सूरमा कदे नी फतेह पौंदा जीदे तीर नू धर्म दी अणी है ना सोमनाथ ना ओना दे लग मथे जिदी नाल गुरु दे बनी है ना जिदी नाल गुरु दे बनी है ना मस्त मस्त हो जा पी के मस्त प्याला मस्ती चाड़ ले राम दे नाम दी वे जेड़े मस्त रहिंदे ओदे नाम उत्ते सारे रखे ना शुभा ते शाम दी वे तन्ना भक्त तरू प्रहलाद जैसे ए तन्ना भक्त तरू प्रहलाद जैसे लोड़ रही ना जगते पैगाम दी वे अमर जी तू राम दी चाड़ मस्ती निगा दूर ना मस्ता तो राम दी वे नाम दी चाड़ मस्ती निगा दूर ना मस्ता तो राम दी वे लो सुनो भई जगत जलंदा तार के साधु सिंह बाबे रोडे वाले जत्थे तो हो आया रूपी काल दा बन जोत अलाही तप दे हिरदे ठार दा सब जग दा माही तप दे हिरदे ठार दा बन जग दा माही जगते पर उपकार गे साधु सिंह बाबे जगत जलंदा तार गे साधु सिंह बाबे जगत जलंदा तार गे साधु सिंह बाबे कलेरा पिंड दी बई तन कलेरा पिंड दी है पावन धरती जोत अलम दी जिसने है प्रगट करती जोत अलम दी जिसने है प्रगट करती भव सागर कर पार गए भव सागर कर पार गए साधु सिंह बाबे जलंदा तार गए साधु सिंह बाबे जगत जलंदा तार गए साधु सिंह बाबे हो कपड़ बाग अंगियार संस जे जग ना आउंदे कपड़ बाग अंगियार संस जे जग ना आउंदे जल मरता संसार संस जे जग ना आउंदे जल मरता संसार संस जे जग ना आउंदे तपदे हिरदे ठार गए साधु सिंह बाबे जगत जलंदा तार गए साधु सिंह बाबे जगत जलंदा तार गए साधु सिंह बाबे ओ दुनिया शीश जगामंदी चार मालिक ब्रह्मंड दे दुनिया शीश जगामंदी मालिक ब्रह्मंड दे चार पदार्थ वेख ले रशना तो बंड दे चार पदार्थ वेख ले रशना तो बंड दे ओ जगते धर्म उभार गए जगते धर्म उभार गए साधु सिंह बाबे जगत जलंदा तार गए साधु सिंह बाबे जगत जलंदा तार गए साधु सिंह बाबे ओ कला तार नारायण जगत अंदर परवरियो लखा सिंह नु आप ही सी प्रकट करियो लखा सिंह नु आप ही सी प्रकट करियो रूप अपना धार गए धार गए रूप अपना धार गए साधु सिंह बाबे जगत जलंदा धार गए साधु सिंह बाबे जगत जलंदा धार गए साधु सिंह बाबे हो रब भी सकदा मोड़ना रब भी सकदा मोड़ना संतां दी वाही ड्यूटी लखा सिंह दी लागे दुर्गाही आ
सिंह दी लागे दरगाही जगदे का सवार गए साधु सिंह बाबे जगत जलंदा तार गए साधु सिंह बाबे जगत जलंदा तार गए साधु सिंह बाबे हो वर्मा विष्णु शंकर तो सी उचिया शाना हो वर्मा विष्णु शंकर तो सी उचिया शाना गुरु नानक ने खोलिया हा मोदी खाना गुरु नानक ने खोलिया हा मोदी खाना ओ सगले भर भंडार गए भंडार गए भंडार गए सगले भर भंडार गए साधु सिंह बाबे जगत जलंदा तार गए साधु सिंह बाबे जगत जलंदा तार गए साधु सिंह बाबे इन्ना कुछ कहंदे खिमांदे जाचक है एक अरदास करदे हैं भी सच्चे पातशाह बाबा नंद सिंह जी के पावन चरणा च अरदास करिए भी साडे खानदानी पिता पुरखी जिस कुत्ते दे कूकर दे पटा पाया हो ना मालक का रखा हुंदा साध संग जी साडे ये जो नानक सर वाले महापुरशा ने इन्हां दे दर दे कूकरां ने पटे पाए ने गलां च ये सच्चे पातशाह कृपा करन समर्थ रहन और अगला प्रोग्राम ज्ञानी मोहन सिंह जी तो श्रवण करोंगे आस करदा है जिथे देशों विदेशों दी संगतां साध संग जी चैनल ते प्रचार सुन के अपने आप नूं वैष्णू बना रही हैं देशों विदेशों दी संगतां इत्थों सुन के साध संग जी नाम नाल जुड़ रहे ने ये बाबा साहू सिंह जी की पार कृपा है बाबा लखा सिंह जी दाता उन्होंने कृपा करे योजे पर उपकार करते रहन रोडे वाले जत्थे से कृपा करो 98142942940 से जल्द भी फोन करोगे थोड़े चरणी हाजिर होवगा अगे तो मैं कहता कान के हथ सुनिया भेज दो रोडे वाला जत्था आजू हूँ समा ही यहोजा का ही जेब च पाए है नंबर मिलता तो जेब जी टर बोली जाते सारी संगत ज्ञानी मोहन सिंह जी से श्रवण करो वाहगुरू जी का खालसा वाहगुरू जी।